ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਅਤੇ ਨੀਤੀਆਂ ਤੋਂ ਤੰਗ ਆ ਚੁੱਕੇ ਲੋਕਾਂ ਦਾ ਰੋਸ ਲਗਾਤਾਰ ਵੱਧਦਾ ਜਾ ਰਿਹਾ ਤੇ ਜਨਤਾ ਮੌਸਮ ਦੀ ਵੀ ਪਰਵਾਹ ਨਹੀਂ ਕਰ ਰਹੀ। ਇਸੇ ਦੇ ਚਲਦੇ ਆਮ ਆਦਮੀ ਪਾਰਟੀ ਦੀ ਵਰਕਰ ਨਵਜੀਵਨ ਵਿੰਗ ਵੱਲੋਂ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਕਿਰਾਅ ਜ਼ਰੂਰ ਕਰਨਗੇ ਅਤੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਉਨ੍ਹਾਂ ਨੂੰ ਯਾਦ ਕਰਵਾਉਣਗੇ। ਬਦਲਾਓ ਚਾਹੁੰਦੇ ਨੇ ਬਹੁਤ ਵੱਡੇ ਪੱਧਰ ਤੇ। ਮੈਂ ਆਭਾਰੀ ਹੋਊਂਗਾ ਜੇ ਸਾਡੀ ਪੰਜਾਬ ਦੀ ਸਰਕਾਰ ਇਹ ਕੰਮ ਗੱਲ ਮੰਨ ਲੈਂਦੀ ਹੈ ਤੇ ਅੱਜ ਅਸੀਂ ਮੋਦੀ ਮਹਿਲ ਦਾ ਘਿਰਾਓ ਕਰਾਂਗੇ। ਜੇ ਬਾਰਿਸ਼ ਵਾਰੀ ਕਿੰਨੇ ਕੰਤ ਹੋ ਜੂ? ਇਹ ਜਿਹੜੀ ਬਾਰਿਸ਼ ਹੈ ਜੀ, ਦੇਖੋ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਗਿਣਤੀ ਦੇ ਵਿੱਚ ਕੁਛ ਫੇਰ ਬਦਲ ਹੋ ਸਕਦਾ, ਪਰ ਜਿਹੜਾ ਸਾਡਾ ਦ੍ਰਿੜ ਨਿਸ਼ਚੇ ਹੈ ਕਿ ਅੱਜ ਅਸੀਂ ਮੋਤੀ ਮਹਿਲ ਨੂੰ ਘੇਰਾਂਗੇ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਜਾ ਕੇ ਘੇਰਾਂਗੇ, ਉਹੀ ਤੋਂ ਅਸੀਂ ਨਹੀਂ ਟਲਣਾ। ਆ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ, ਨੌਜਵਾਨ ਜੁੜਨੇ ਸ਼ੁਰੂ ਹੋ ਗਏ ਨੇ। ਬਾਰਿਸ਼ ਦਾ ਕਿਸੇ ਨੂੰ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਡਰ ਨਹੀਂ, ਨਾ ਹੀ ਪੁਲਿਸ ਦਾ ਡਰ ਹੈ, ਨਾ ਕਿਸੇ ਹੋਰ ਦਾ। ਅਸੀਂ ਡਟ ਕੇ ਆਪਣੇ ਹੱਕ ਮੰਗਾਂਗੇ, ਆਪਣੇ ਹੱਕ ਲਵਾਂਗੇ।